जाएगा और तुसी मालकां दे हत्थां वल वेखोगे। उस वेले दे किसान कट्ठे होके बाबा बंदा सिंह बहादुर दे कोले गए, कहन लगे बाबा जी जमीन साडी है, वाहुने असी आ, बीजदे असी आ, मौके दियां सरकारां जुल्म करके धक्का करके सानू नौकर बना रही हैं और सानू खाण जोगे दाने भी नहीं दिंदियां। ते बाबा बंदा सिंह बहादुर ने उन्हां अगे लाया, थापड़ा दिता, ते पंजाब दे विच्चों जगीरदारी जिहड़ी प्रथा सी उह खत्म कीती। इत्थों दे पछिंदियां नू, इत्थों दे लोकां नू जमीनां दे असल मालक बना के अमीर बनाया। ते सब तो वड्डा जिहड़ा ਇਹ ਸਿੱਟਾ ਜਿਹੜਾ ਨਿਕਲਦਾ ਗੱਲ ਦਾ, ਇਹ ਸਾਰਾ ਜਿਹੜਾ ਕ੍ਰੈਡਿਟ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਂਦਾ। ਮੈਂ ਬੜੀ ਵਾਰ ਕਿਹਾ, ਪੰਜਾਬ ਦੇ ਪਿੰਡਾਂ 'ਚ ਪ੍ਰਚਾਰ ਕਰਦੇ ਹਾਂ, ਹਰ ਕਿਸਾਨ ਆਪਣੇ ਮੂੰਹ ਦੇ ਵਿੱਚ ਰੋਟੀ ਪਾਉਣ ਤੋਂ ਪਹਿਲਾਂ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਜ਼ਰੂਰ ਕਰੇ, ਜਿਹਦੇ ਨਾਲ ਸਾਡੀਆਂ ਜੜ੍ਹਾਂ ਜੁੜੀਆਂ ਹੋਈਆਂ। ਲੋਕਾਂ ਦਾ ਭਲਾ ਕਰਨ ਦੇ ਲਈ, ਮਾਵਾਂ ਦੇ ਪੁੱਤ ਜਾਉਂਦੇ ਜਾਗਦੇ ਰੱਖਣ ਦੇ ਲਈ, ਦਸ਼ਮੇਸ਼ ਪਿਤਾ ਦਾ ਲਾਡਲਾ ਦੁੱਲਾ ਮਾਧੋ ਦਾਸ ਤੋਂ ਬਣਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਕਿਸਾਨਾਂ ਦਾ ਮਹਾਨ ਮਸੀਹਾ ਗੁਰਦਾਸ ਨੰਗਲ ਦੀ ਗਲੀ ਵਿੱਚ ਫੜਿਆ ਗਿਆ, ਆਪਣੇ 700 ਸਾਥੀਆਂ ਸਮੇਤ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਹੋਇਆ ਉਹ ਸੂਰਮਾ ਜਿਹਦੇ ਮੂੰਹ ਦੇ ਵਿੱਚ 4 ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਪਾਇਆ ਗਿਆ। ਔਰ ਉਹ ਪੁੱਤ ਕੋਈ ਕਿਸੇ ਬਗਾਨੇ ਪਿਓ ਦਾ ਨਹੀਂ ਸੀ, ਉਹਦਾ ਆਪਣਾ ਪੁੱਤ ਸਰਦਾਰ ਅਜੇ ਸਿੰਘ ਸੀ। ਉਹਦੇ ਅੱਖਾਂ ਦੇ ਸਾਹਮਣੇ ਉਹਦੀ ਘਰ ਵਾਲੀ ਕੀਮਾ ਕੀਮਾ ਕਰ ਦਿੱਤੀ ਗਈ।